ਅਗਰ ਤੁਸੀਂ ਅੱਜ ਇੱਥੇ ਨਾ ਹੁੰਦੇ ਤੁਸੀਂ ਕਿੱਥੇ ਹੋਣਾ ਚਾਹੋਗੇ ਅੱਜ ਐਂਡ ਕਿਹਦੇ ਨਾਲ ਤੇ ਕਿਉਂ? ਮੈਂ ਇਸ ਟਾਈਮ ਜੇ ਮਤਲਬ ਆਪਣੇ ਮਾਪਿਆਂ ਨਾਲ ਹੀ ਹੋਣਾ ਚਾਹੂੰਗਾ ਨਾ, ਕਿਉਂਕਿ ਉਹਨਾਂ ਨਾਲ ਹੀ ਮੈਨੂੰ ਮੇਰਾ ਉਹ ਸਾਰਾ ਕੁਛ ਮੇਰਾ ਉਹੀ ਆ, ਕਿਉਂਕਿ ਮੇਰਾ ਕੋਈ ਇੰਨਾ ਬ੍ਰਦਰ ਨਾ ਸਿਸਟਰ ਹੈ ਨਾ, ਅਤੇ ਮੈਂ ਹੀ ਉਹਨਾਂ ਦਾ ਸਾਰਾ ਕੁਛ ਹਾਂ। ਉਹਨਾਂ ਨੂੰ ਵੀ ਮੇਰੇ ਤੋਂ ਬੜੀਆਂ ਉਮੀਦਾਂ, ਸੋ ਜੇ ਮੈਂ ਉਹਨਾਂ ਦੇ ਨਾਲ ਹੋਵਾਂ ਇਹ ਇੱਕ ਤਰ੍ਹਾਂ ਦਾ ਮਤਲਬ ਬਹੁਤ ਵਧੀਆ ਚੀਜ਼ ਹੈ। ਉਹਨਾਂ ਨੂੰ ਵੀ ਮੇਰਾ ਸਾਥ ਮਿਲੂੰਗਾ ਅਤੇ ਮੈਨੂੰ ਵੀ ਉਹਨਾਂ ਦਾ ਸਾਥ ਮਿਲਦਾ, ਰਾਈਟ? ਸੋ ਉਹਨਾਂ ਨਾਲ ਹੋਣਾ ਜ਼ਿਆਦਾ ਬੈਟਰ ਰਹਿੰਦਾ, ਬਿਕੋਜ਼ ਹਰ ਇੱਕ ਜਗ੍ਹਾ ਫਿਰ ਉਹ ਮੇਰੇ ਨਾਲ ਖੜ੍ਹਦੇ। ਜੇ ਮੈਂ ਕੋਈ ਪ੍ਰੋਬਲਮਸ ਫਸਦਾ ਰਾਈਟ ਨਾਲ, ਜਿੱਦਾਂ ਆਪਾਂ ਕੈਨੇਡਾ 'ਚ ਹਾਂ ਤਾਂ ਇੱਥੇ ਪ੍ਰੋਬਲਮ ਇਕੱਲੇ ਨੂੰ ਸੋਲਵ ਕਰਨੀ ਪੈਂਦੀ, ਆਪਾਂ ਹਰ ਇੱਕ ਚੀਜ਼ ਘਰ ਨਹੀਂ ਦੱਸ ਸਕਦੇ, ਬਟ ਉਦੋਂ ਮੈਂ ਫਿਰ ਸਾਰੀ ਗੱਲ ਘਰ ਵੀ ਕਰ ਸਕਦਾ ਸੀ ਖੁੱਲ੍ਹ ਮਿਲ ਕੇ। ਸੋ ਮੇ ਬੀ ਮੈਂ ਆਪਣੇ ਘਰ ਦੇ ਨਾਲ ਆਪਣੇ ਵਧੀਆ ਪੰਜਾਬ 'ਚ ਰਹਿ ਰਿਹਾ। ਮੈਂ ਇੰਡੀਆ ਆਪਣੇ ਸ਼ਹਿਰ ਅਹਿਮਦਾਬਾਦ ਹੋਣਾ ਚਾਹੂੰਗਾ ਮੇਰੇ ਫਰੈਂਡ ਦੇ ਨਾਲ, ਔਨ ਸਟਰੀਟਸ ਈਟਿੰਗ ਸਟਰੀਟ ਫੂਡ, ਬਿਕਾਜ਼ ਆਈ ਯੂਸ ਟੂ ਰੋਮ ਅਰਾਊਂਡ ਅ ਲੋਟ ਐਂਡ ਟਰਾਈ ਅ ਲੋਟ ਆਫ ਸਟਰੀਟ ਫੂਡਸ ਵਿਦ ਮਾਈ ਫਰੈਂਡ, ਸੋ ਆਈ ਮਿਸ ਹਿਮ ਅ ਲੋਟ। ਇਸ ਮੂਮੈਂਟ 'ਤੇ ਮੈਨੂੰ ਲੱਗਦਾ ਕਿ ਮੈਂ ਬਰੈਂਪਟਨ ਹੋਣਾ ਚਾਹੂੰਗਾ ਆਪਣੇ ਯਾਰਾਂ ਬੇਲੀਆਂ ਦੇ ਨਾਲ, ਨਜ਼ਾਰੇ ਲੈਂਦਾ ਬਸ, ਜਿੱਥੇ ਮੇਰਾ ਸਾਰਾ ਪਰਿਵਾਰ ਆ ਇਸ ਵੇਲੇ, ਮੈਂ ਉੱਥੇ ਹੋਣਾ ਚਾਹੂੰਗਾ ਇਸ ਵੇਲੇ। ਕਿਉਂ? ਪ੍ਰੇਮ ਪਿਆਰ, ਇੱਕੋ ਰੀਜ਼ਨ, ਪ੍ਰੇਮ ਪਿਆਰ, ਨਜ਼ਾਰੇ, ਮਜ਼ੇ, ਇਹੋ ਚੀਜ਼ਾਂ। ਉੱਥੇ ਸਾਰੇ ਰਹਿੰਦੇ ਨੇ ਮੇਰੇ, ਸਾਰੇ ਮੇਰਾ ਹੁਣ ਸਾਰਾ ਪਰਿਵਾਰ ਹੀ ਉੱਥੇ ਆ ਬਰੈਂਪਟਨ ਇਸ ਵੇਲੇ, ਮੇਰੇ ਯਾਰ ਉੱਥੇ ਆ ਤਾਂ ਕਰਕੇ। ਮੈਂ ਕਹਿਣਾ ਚਾਹੂੰਗੀ ਫੋਰ ਸ਼ੋਰ ਮੈਂ ਆਪਣੇ ਘਰ ਹੋਣਾ ਚਾਹੁੰਦੀ ਹਾਂ, ਲਾਈਕ ਹੈ ਨਾ ਸਾਰੇ ਇੱਥੇ ਮੈਨੂੰ ਲੱਗਦਾ ਇੰਟਰਨੈਸ਼ਨਲ ਸਟੂਡੈਂਟਸ ਦਾ ਵੀ ਮੈਨੂੰ ਲੱਗਦਾ ਸਿਮਿਲਰ ਹੀ ਆਂਸਰ ਹੋਏਗਾ ਕਿ ਆਪਣੇ ਘਰ ਹੋਣਾ ਚਾਹੋਗੇ, ਕਿ ਜਿੱਥੇ ਸਾਡੀ ਮੰਮੀ ਸਵੇਰੇ ਸਵੇਰੇ ਪਰੌਂਠੇ ਬਣਾ ਕੇ ਲੈ ਕੇ ਆਉਣ ਸੰਡੇ, ਕਿ ਹਾਂ ਮੈਂ ਇੱਥੇ ਬੈਠੀ ਹੋਵਾਂ ਛੁੱਟੀ ਵਾਲੇ ਦਿਨ, ਉਹ ਲੈ ਕੇ ਆਉਂਦੇ ਹੋਣ, ਖਾਈਏ ਅਸੀਂ, ਫਿਰ ਮੈਂ ਅਤੇ ਮੇਰਾ ਬ੍ਰਦਰ। ਲਾਈਕ ਹੈ ਨਾ ਉਦੋਂ ਇੰਡੀਆ 'ਚ ਇੰਨਾ ਨਹੀਂ ਸੀ ਹੁੰਦਾ, ਅਸੀਂ ਲੜਦੇ ਰਹਿੰਦੇ ਹੁੰਦੇ ਸੀ, ਪਰ ਜਦ ਦੀ ਇੱਥੇ ਆਈ ਹਾਂ ਕਿ ਹਾਂ ਉਹ ਮੇਰੀ ਬਹੁਤ ਸਪੋਰਟ ਬਣਿਆ ਆ, ਅਤੇ ਮੈਂ ਉਹ ਹੋਸਟਲ ਰਿਹਾ ਆ ਪਹਿਲਾਂ, ਲਾਈਕ ਬਹੁਤ ਟਾਈਮ ਹੋ ਗਿਆ ਸਾਨੂੰ ਇਕੱਠਿਆਂ ਨੂੰ ਇੱਕ ਛੱਤ ਥੱਲੇ ਇਕੱਠਿਆਂ ਬੈਠਿਆਂ, ਹੈ ਨਾ, ਅਤੇ ਮੈਂ ਜ਼ਰੂਰ ਚਾਹੂੰਗੀ ਕਿ ਸ਼ਾਇਦ ਕਾਸ਼ ਜੇ ਮੇਰੇ ਹੱਥ 'ਚ ਹੋਵੇ ਮੈਂ ਜ਼ਰੂਰ ਇੰਡੀਆ 'ਚ ਹੋਵਾਂ ਆਪਣੇ ਉਸ ਕਮਰੇ 'ਚ ਜਿੱਥੇ ਕੋਈ ਏਸੀ ਨਹੀਂ ਆ, ਕੁਛ ਨਹੀਂ ਆ, ਬਸ ਪੱਖੇ ਥੱਲੇ ਅਸੀਂ ਬੈਠੇ ਹੋਈਏ, ਜਾਂ ਤਾਂ ਕੋਈ ਕਾਰਟੂਨ ਦੇਖਦੇ ਹੋਈਏ, ਮੰਮੀ ਸਾਡੇ ਕੋਲ ਬੈਠੇ ਹੋਣ, ਪੜ੍ਹ ਲਓ, ਉਹ ਵਾਲੀ ਮੈਮਰੀ ਜ਼ਰੂਰ ਮੈਂ ਦੁਬਾਰਾ ਰੀਕ੍ਰੀਏਟ ਕਰਨਾ ਚਾਹੂੰਗੀ, ਅਤੇ ਮੈਂ ਆਪਣੇ ਘਰ ਹੀ ਹੋਣਾ ਚਾਹੂੰਗੀ ਆਪਣੀ ਮੰਮੀ ਹੋਣਾ ਨਾਲ। ਜੇ ਇਸ ਟਾਈਮ ਮੈਨੂੰ ਕੋਈ ਮੌਕਾ ਮਿਲੇ, ਸੋ ਮੈਂ ਪ੍ਰੈਫਰ ਕਰਾਂਗੀ ਕਿ ਮੈਂ ਆਪਣੇ ਪੇਰੈਂਟਸ ਕੋਲ ਜਾਵਾਂ, ਰਾਈਟ, ਬਿਕੋਜ਼ ਇਟਸ ਬੀਨ 3 ਈਅਰਸ ਮੈਂ ਉਹਨਾਂ ਤੋਂ ਅਵੇ ਹਾਂ ਐਂਡ ਮੈਂ ਉਹਨਾਂ ਨੂੰ ਮਿਲੀ ਨਹੀਂ ਹੈਗੀ, ਐਂਡ ਰੀਅਲੀ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਹਾਂ। 7 ਡੇਜ਼ ਲਾਈਕ ਆਲ ਆਰਸ, ਮਤਲਬ ਕਿ ਮੇਰੇ ਕੋਲ ਵਰਡਸ ਹੀ ਹੈ ਨਹੀਂ, ਹੈ ਨਾ, ਕਿ ਮੈਂ ਕਿੰਨੀ ਇਮੋਸ਼ਨਲ ਹੋ ਜਾਂਦੀ ਹਾਂ। ਸੋ ਮੈਨੂੰ ਲੱਗਦਾ ਕਿ ਜੇ ਮੈਨੂੰ ਕੋਈ ਮੌਕਾ ਵੀ ਦੇਵੇ ਨਾ ਕਿ ਸਿਮਰਨ ਚੱਲ ਜਾ 5 ਦਿਨ ਚੱਲ ਜਾ 1 ਘੰਟਾ ਚੱਲ ਜਾ, ਸੋ ਮੈਂ ਪ੍ਰੈਫਰ ਕਰੂੰਗੀ ਕਿ ਮੈਂ ਤਾਂ ਆਪਣੇ ਪੇਰੈਂਟਸ ਕੋਲ ਹੀ ਜਾਵਾਂ ਐਂਡ ਉਹਨਾਂ ਦੀ ਵਾਰਮ ਹੱਗ ਦੇ ਵਿੱਚ ਜਾ ਕੇ, ਹੈ ਨਾ, ਮਤਲਬ ਕਿ ਮੈਨੂੰ ਹੱਗ ਕਰਨ, ਐਂਡ ਜੋ ਅੱਜ ਤੱਕ ਇੱਥੇ ਓਬਸਟੈਕਲਸ ਆਪਾਂ ਦੇਖੇ ਆ ਮੈਂ ਸਭ ਕੁਛ ਭੁੱਲ ਗਿਆ ਸੀ। ਡੈਫੀਨੇਟਲੀ ਵਿਦ ਮਾਈ ਪੇਰੈਂਟਸ ਇਨ ਇੰਡੀਆ, ਜਸਟ ਬਿਕੋਜ਼ ਆਈ ਐਮ ਮਿਸਿੰਗ ਦੈਮ ਸੋ ਮੱਚ ਨਾਓ ਐਂਡ ਆਈ ਵਾਂਟ ਟੂ ਲਿਵ ਵਿਦ ਦੈਮ। ਮੈਂ ਆਪਣੇ ਪੇਰੈਂਟਸ ਨਾਲ ਇੰਡੀਆ ਹੁੰਦੀ, ਅਤੇ ਕਿਉਂ ਹੁੰਦੀ, ਕਿਉਂਕਿ ਮੇ ਬੀ ਮੈਂ ਉੱਥੇ ਆਪਣੀ ਫਰਦਰ ਸਟੱਡੀਜ਼ ਨੂੰ ਕੰਟੀਨਿਊ ਕਰ ਰਹੀ ਹੁੰਦੀ, ਅਤੇ ਜਾਂ ਮੇਰਾ ਡਰੀਮ ਸੀ ਕਿ ਮੈਂ ਅਗਰ ਇੱਥੇ ਨਾ ਆਉਂਦੀ, ਮਤਲਬ ਇੱਥੇ ਆ ਕੇ ਮੈਨੂੰ ਚੂਜ਼ ਕਰਨਾ ਪਿਆ ਕਿ ਚਾਈਲਡ ਐਜੂਕੇਸ਼ਨ, ਬਟ ਬਿਫੋਰ ਦੈਟ ਆਈ ਹੈਡ ਅ ਡਰੀਮ ਕਿ ਮੈਂ ਪੁਲਿਸ ਦੇ ਵਿੱਚ ਜਾਵਾਂ, ਸੋ ਆਈ ਵੁੱਡ ਸੇ ਕਿ ਹਾਂ ਮੇ ਬੀ ਮੈਂ ਕਿਸੇ ਇੰਸਟੀਟਿਊਟ ਦੇ ਵਿੱਚ ਉਸ ਸਟੱਡੀ ਨੂੰ ਕੰਟੀਨਿਊ ਕਰ ਰਹੀ ਹੁੰਦੀ। ਇਫ ਆਈ ਵਰ ਨੋਟ ਇਨ ਕਿਨੋਰਾ, ਆਈ ਵਿਲ ਬੀ ਰਾਦਰ ਬੀਨ ਦੁਬਈ, ਵੇਅਰ ਆਈ ਵਿਲ ਬੀ ਸੈਟਲਡ ਵਿਦ ਮਾਈ ਫਰੈਂਡਸ ਐਂਡ ਵਿਦ ਮਾਈ ਫੈਮਿਲੀ, ਐਂਡ ਆਈ ਵਿਲ ਬੀ ਐਕਸਪਲੋਰਿੰਗ ਦ ਹੋਲ ਦੁਬਈ। ਆਈ ਬੀਨ ਦੇਅਰ ਬਟ ਅਗੇਨ ਆਈ ਵਾਂਟ ਟੂ ਬੀ ਦੇਅਰ ਵਿਦ ਹੋਲ ਲਕਸ਼ਰੀ ਥਿੰਗਸ ਐਂਡ ਆਲ ਦ ਆਈ ਟਰਮ me myself term Dubai as a paradise of the world, so I think I'll be exploring Dubai and also I'll be exploring the world with some of the dream countries in the world. So and another thing is that I'll be doing I'll be taking care of my parents, then I'll be taking them to their dream places, then and as part of that I'll be doing some charity works or something like that.